ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਸੇਵਕ ਘਰ ਬੈਠੇ ਸਨ ਤੇ ਭਾਈ ਮਰਦਾਨੇ ਦੀ ਘਰਵਾਲੀ ਭਾਈ ਮਰਦਾਨੇ ਦੇ ਕੋਲ ਬੈਠੀ ਕਹਿਣ ਲੱਗੀ, ਤੁਸੀਂ ਕਹਿੰਦੇ ਹੋ ਕਿ ਬਾਬਾ ਨਾਨਕ ਸਭ ਦਾ ਸਾਂਝਾ ਹੈ, ਬਾਬਾ ਨਾਨਕ ਊਚ ਨੀਚ ਨਹੀਂ ਦੇਖਦਾ। ਭਾਈ ਮਰਦਾਨਾ ਜੀ ਮੁਸਕਰਾ ਕੇ ਕਹਿਣ ਲੱਗੇ, ਹਾਂ ਭਲੀਏ ਲੋਕੇ, ਮੇਰਾ ਬਾਬਾ ਨਾਨਕ ਸਭ ਦਾ ਸਾਂਝਾ ਹੈ, ਊਚ ਨੀਚ ਨਹੀਂ ਦੇਖਦਾ। ਤੇ ਭਾਈ ਮਰਦਾਨੇ ਦੀ ਘਰਵਾਲੀ ਕਹਿਣ ਲੱਗੀ, ਜੇ ਬਾਬਾ ਨਾਨਕ ਸਭ ਦਾ ਸਾਂਝਾ ਹੈ, ਊਚ ਨੀਚ ਨਹੀਂ ਦੇਖਦਾ, ਫਿਰ ਉਹ ਸਾਡੇ ਘਰ ਕਦੀ ਕਿਉਂ ਨਹੀਂ ਆਇਆ? ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਭਲੀਏ ਲੋਕੇ, ਤੂੰ ਕਹਿੰਦੀ ਹੈ ਕਿ ਬਾਬਾ ਨਾਨਕ ਆਇਆ ਨਹੀਂ, ਪਰ ਮੈਂ ਕਹਿੰਦਾ ਤੂੰ ਕਦੀ ਬੁਲਾਇਆ ਹੀ ਨਹੀਂ। ਆਖੋ ਸਤਨਾਮ ਸ੍ਰੀ, ਤੇਰੇ ਬੁਲਾਉਣ ਵਿੱਚ ਦੇਰ ਹੋ ਸਕਦੀ ਹੈ, ਮੇਰੇ ਬਾਬੇ ਨਾਨਕ ਦੇ ਆਉਣ ਵਿੱਚ ਨਹੀਂ। ਘਰ ਵਾਲੀ ਕਹਿਣ ਲੱਗੀ, ਨਹੀਂ ਉਹਨਾਂ ਨਹੀਂ ਆਉਣਾ, ਅਸੀਂ ਹਾਂ ਗਰੀਬ, ਉਹ ਅਰਸ਼ਾਂ ਦੇ ਮਾਲਕ। ਭਾਈ ਮਰਦਾਨਾ ਕਹਿਣ ਲੱਗੇ, ਅੱਛਾ ਜੇ ਇਹ ਗੱਲ ਹੈ, ਫਿਰ ਇੰਜ ਕਰ, ਤੂੰ ਪਕਾ ਰੋਟੀ, ਮੈਂ ਚੱਲਿਆ ਬਾਬੇ ਨਾਨਕ ਨੂੰ ਲੈਣ ਵਾਸਤੇ। ਜੇ ਅੱਜ ਬਾਬਾ ਨਾਨਕ ਨਾ ਆਇਆ ਤੇ ਫਿਰ ਮੈਂ ਵੀ ਕਹਿ ਦੇਣਾ ਬਾਬਾ ਤੇਰਾ ਰਾਹ ਵੱਖਰਾ ਤੇ ਮੇਰਾ ਰਾਹ ਵੱਖਰਾ। ਆਖੋ ਸਤਨਾਮ ਸ੍ਰੀ, ਕਹਿ ਕੇ ਕਰੋ ਤੁਰੇ। ਥੋੜ੍ਹੀ ਦੂਰ ਗਏ ਭਾਈ ਮਰਦਾਨਾ ਦਰਵਾਜ਼ੇ ਦੇ ਕੋਲ, ਕੁਝ ਖਿਆਲ ਆਇਆ ਤੇ ਘਰ ਵਾਲੀ ਨੂੰ ਆਵਾਜ਼ ਮਾਰੀ ਭਾਈ ਮਰਦਾਨੇ ਨੇ, ਭਲੀਏ ਲੋਕੇ, ਤੂੰ ਪਕਾ ਰੋਟੀ ਤੇ ਮੈਂ ਚੱਲਿਆ ਬਾਬੇ ਨੂੰ ਲੈਣ। ਪਰ ਇੱਕ ਗੱਲ ਯਾਦ ਰੱਖੀ, ਜਿਹੜਾ ਵੀ ਫੁਲਕਾ ਤਵੇ ਤੇ ਪਾਵੇ, ਮੇਰੇ ਬਾਬੇ ਨਾਨਕ ਦਾ ਨਾਂ ਲੈ ਕੇ ਪਾਵੇ। ਕਹਿ ਕੇ ਭਾਈ ਮਰਦਾਨਾ ਚੱਲ ਪਏ ਹਨ। ਸੰਗਤ ਵਿੱਚ ਕੁਛ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਵੀ ਬੈਠੇ ਨੇ, ਉਹਨਾਂ ਨੂੰ ਜ਼ਰੂਰ ਯਾਦ ਹੋਵੇਗਾ ਕਿ ਪਹਿਲਾਂ ਜਦੋਂ ਘਰਾਂ ਵਿੱਚ ਰੋਟੀ ਪੱਕਦੀ ਸੀ ਤੇ ਸਿਆਣੀਆਂ ਮਾਤਾਵਾਂ ਨੂੰਹਾਂ ਧੀਆਂ ਨੂੰ ਕਹਿ ਦਿਆਂ ਕਰਦੀਆਂ ਸਨ, ਬੇਟਾ ਪਹਿਲਾਂ ਫੁਲਕਾ ਗੁਰੂ ਦੇ ਨਾਂ ਦਾ ਕੱਢਣਾ, ਉੱਚਾ ਰੱਖ ਦੇਣਾ, ਗੁਰਦੁਆਰਿਓਂ ਭਾਈ ਜੀ ਨੇ ਪ੍ਰਸ਼ਾਦਾ ਲੈਣ ਵਾਸਤੇ ਆਉਣਾ। ਹਰ ਘਰ ਵਿੱਚ ਪਹਿਲਾਂ ਫੁਲਕਾ ਗੁਰੂ ਦੇ ਨਾਂ ਦਾ ਪੱਕਦਾ ਸੀ, ਸਤ ਸੰਗਤ ਤੇ ਬਰਕਤਾਂ ਵੀ ਹੁੰਦੀਆਂ ਸਨ। ਅੱਜ ਕੱਲ੍ਹ ਬਹੁਤ ਕੁਝ ਹੈ ਘਰਾਂ ਵਿੱਚ, ਪਰ ਚੈਨ ਨਹੀਂ, ਸੁੱਖ ਨਹੀਂ, ਸਿਦਕ ਨਹੀਂ, ਸੰਤੋਖ ਨਹੀਂ। ਤੇ ਭਾਈ ਮਰਦਾਨਾ ਕਹਿ ਗਏ, ਭਲੀਏ ਲੋਕੇ, ਜਿਹੜਾ ਫੁਲਕਾ ਤਵੇ ਤੇ ਪਾਵੇ, ਮੇਰੇ ਬਾਬੇ ਨਾਨਕ ਦਾ ਨਾਂ ਲੈ ਕੇ ਪਾਵੇ। ਕਹਿ ਕੇ ਭਾਈ ਮਰਦਾਨਾ ਚੱਲ ਪਏ ਹਨ। ਜਿਸ ਵੇਲੇ ਥੋੜ੍ਹੀ ਦੂਰ ਗਏ ਤੇ ਭਾਈ ਮਰਦਾਨਾ ਕੀ ਤੱਕਦੇ, ਉਹ ਸਾਹਮਣੇ ਉਹ ਧੰਨ ਗੁਰੂ ਨਾਨਕ ਸਾਹਿਬ ਤੁਰੇ ਆਉਂਦੇ ਹਨ। ਨਿਰਾ ਨੂਰ ਹੀ ਨੂਰ, ਕਿਉਂਕਿ ਬਾਬਾ ਨਾਨਕ ਹੈ ਹੀ ਨੂਰ। ਭਾਈ ਮਰਦਾਨਾ ਦੌੜ ਕੇ ਅੱਗੇ ਹੋਏ, ਚਰਨਾਂ ਤੇ ਮੱਥਾ ਟੇਕਿਆ ਤੇ ਪੁੱਛਿਆ, ਹੱਥ ਜੋੜ ਕੇ ਦਾਤਾ, ਹਜ਼ਾਰਾਂ ਸੰਗਤਾਂ ਸੇਵਕ ਹਰ ਵੇਲੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ, ਅੱਜ ਇਕੱਲੇ ਤੁਰੇ ਜਾਂਦੇ ਹੋ, ਨਾ ਸੰਗਤਾਂ ਨਾ ਸੇਵਕ, ਕਿੱਥੇ ਚੱਲੇ ਹੋ? ਤੇ ਮੇਰਾ ਬਾਬਾ ਨਾਨਕ ਸੁਣ ਕੇ ਮੁਸਕਰਾਏ ਹਨ। ਜਿਸ ਵੇਲੇ ਬਾਬਾ ਨਾਨਕ ਮੁਸਕਰਾਏ, ਚਿਹਰਾ ਹੋਰ ਲਾਲ ਸੁਰਖ ਹੋ ਗਿਆ ਤੇ ਮੁਸਕਰਾਉਂਦਿਆਂ ਕਿਹਾ, ਮਰਦਾਨਿਆ, ਆਪੇ ਹੀ ਬੁਲਾਇਆ ਤੇ ਆਪੇ ਹੀ ਭੁੱਲ ਗਏ। ਆਖੋ ਸਤਨਾਮ ਸ੍ਰੀ। ਉਹ ਮਰਦਾਨਿਆ, ਅੱਜ ਬੜੀ ਭੁੱਖ ਲੱਗੀ ਏ, ਤੇਰੇ ਘਰ ਪ੍ਰਸ਼ਾਦਾ ਛਕਣ ਚੱਲੇ ਆ। ਮਰਦਾਨਿਆ, ਰੋਟੀ ਖਵਾਏਗਾ? ਇਹ ਜਿਹੜੇ ਬਾਬੇ ਨਾਨਕ ਦੇ ਬੋਲ ਸਨ ਕਿ ਮਰਦਾਨਿਆ ਰੋਟੀ ਖਵਾਏਗਾ, ਭਾਈ ਮਰਦਾਨੇ ਦੀਆਂ ਅੱਖਾਂ ਵਿੱਚੋਂ ਇਉਂ ਹੰਝੂ ਨਿਕਲੇ ਜਿਵੇਂ ਬਰਸਾਤ ਪੈਂਦੀ ਏ। ਕਿਸੀ ਕੇ ਏਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇਹ ਲਫ਼ਜ਼ ਦਿਲ ਚੀਰ ਗਏ। ਭਾਈ ਮਰਦਾਨਾ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ ਤੇ ਰੋ ਰੋ ਕੇ ਕਹਿਣ ਲੱਗਾ, ਦਾਤਾ ਤੇਰਾ ਦਿੱਤਾ ਖਾਣ ਵਾਲੇ ਤੈਨੂੰ ਕੀ ਖਵਾ ਸਕਨੇ ਆ? ਤੇ ਸਤਿਗੁਰ ਕਹਿੰਦੇ ਨੇ, ਮਰਦਾਨਿਆ ਉੱਠ, ਰੋ ਨਾ, ਚੱਲ ਘਰ ਲੈ ਚੱਲ, ਭੁੱਖ ਬੜੀ ਲੱਗੀ ਏ। ਤੇ ਭਾਈ ਮਰਦਾਨਾ ਹੱਥ ਜੁੜੇ ਹੋਏ, ਹੰਝੂਆਂ ਨਾਲ ਅੱਖਾਂ ਭਰੀਆਂ, ਕਹਿੰਦਾ, ਦਾਤਾ ਪਹਿਲਾਂ ਤੇ ਮੈਨੂੰ ਖਿਮਾ ਕਰ, ਮੇਰੇ ਮਨ ਵਿੱਚ ਇਹ ਖਿਆਲ ਵੀ ਕਿਵੇਂ ਆ ਗਿਆ ਕਿ ਤੁਸੀਂ ਆਓਗੇ ਨਹੀਂ? ਤੇ ਸਤਿਗੁਰ ਕਹਿਣ ਲੱਗੇ, ਚੱਲ ਮਰਦਾਨਿਆ ਛੱਡ, ਘਰ ਲੈ ਚੱਲ। ਇੱਕ ਗੱਲ ਯਾਦ ਰੱਖਣਾ ਸਤ ਸੰਗਤ, ਤੁਸੀਂ ਦੁਨੀਆਂ ਦੇ ਕਿਸੇ ਕੋਨੇ ਵੀ ਬੈਠੇ ਹੋਵੋ, ਗੁਰੂ ਦੇ ਨਾਂ ਤੇ ਕੋਈ ਵੀ ਭੇਟਾ ਕੱਢਦੇ ਹੋ, ਹਾਲੇ ਮਨ ਵਿੱਚ ਸੋਚਦੇ ਹੀ ਉਹ ਮਨ ਕਰਕੇ ਕਿ ਗੁਰੂ ਨੂੰ ਭੇਟਾ ਕਰਨੀ ਹੈ, ਉਹ ਗੁਰੂ ਨੂੰ ਉਦੋਂ ਹੀ ਪ੍ਰਵਾਨ ਹੋ ਜਾਂਦੀ ਹੈ।
ਇਹ ਚੀਜ਼ਾਂ ਤੇ ਇੱਕ ਬਹਾਨਾ ਹੈ ਸਤ ਸੰਗਤ ਅਸਲੀ ਭੇਟਾਂ ਤੇ ਮਨ ਦਾ ਪਿਆਰ ਹੈ। ਘਰ ਪਹੁੰਚੇ ਤੇ ਭਾਈ ਮਰਦਾਨਾ ਖੁਸ਼ੀ ਨਾਲ ਚੂਮਦੇ ਆਪਣੀ ਘਰ ਵਾਲੀ ਨੂੰ, ਆਵਾਜ਼ ਮਾਰਦੇ ਨੇ, ਭਲੀਏ ਲੋਕੇ ਇਹ ਦੇਖ ਮੇਰਾ ਬਾਬਾ ਨਾਨਕ ਆਇਆ। ਭਾਈ ਮਰਦਾਨੇ ਦੀ ਘਰ ਵਾਲੀ ਫੁਲਕੇ ਪਕਾ ਰਹੀ ਸੀ, ਰਸੋਈ ਵਿੱਚੋਂ ਬਾਹਰ ਆਈ, ਆਟੇ ਨਾਲ ਹੱਥ ਭਰੇ, ਸਾਹਮਣੇ ਬਾਬੇ ਨਾਨਕ ਨੂੰ ਦੇਖਿਆ, ਇਹ ਖੁਸ਼ੀ ਝੱਲੀ ਨਹੀਂ ਗਈ, ਇਕਦਮ ਚਰਨਾਂ ਤੇ ਡਿੱਗ ਪਈ। ਸਤਿਗੁਰਾਂ ਸਿਰ ਤੇ ਪਿਆਰ ਦਿੱਤਾ ਤੇ ਕਿਹਾ, ਬੇਟਾ ਤੂੰ ਕਿਵੇਂ ਸੋਚ ਲਿਆ ਕਿ ਮੈਂ ਆਵਾਂਗਾ ਨਹੀਂ? ਮੇਰੇ ਬੇਟਾ ਤੁਹਾਡੇ ਬੁਲਾਉਣ ਵਿੱਚ ਦੇਰ ਹੋ ਸਕਦੀ ਹੈ, ਮੇਰੇ ਆਉਣ ਵਿੱਚ ਨਹੀਂ। ਮੰਜਾ ਵਿਛਾਇਆ, ਸਤਿਗੁਰੂ ਨਾਨਕ ਮੰਜੇ ਤੇ ਬੈਠੇ ਹਨ ਤੇ ਨਾਲ ਹੀ ਕਹਿੰਦੇ ਨੇ, ਬੇਟਾ ਅੱਜ ਬੜੀ ਭੁੱਖ ਲੱਗੀ ਹੈ, ਲਿਆ ਮੈਨੂੰ ਪ੍ਰਸ਼ਾਦਾ ਛਕਾ। ਭਾਈ ਮਰਦਾਨੇ ਦੀ ਘਰ ਵਾਲੀ ਪੈਰ ਧਰਤੀ ਤੇ ਨਹੀਂ ਪੈਂਦੇ, ਖੁਸ਼ੀ ਖੁਸ਼ੀ ਦੌੜੀ ਹੈ ਰਸੋਈ ਵੱਲ ਕਿ ਪ੍ਰਸ਼ਾਦਾ ਲੈ ਕੇ ਆਵਾਂ। ਪਿੱਛੋਂ ਧੰਨ ਗੁਰੂ ਨਾਨਕ ਸਾਹਿਬ ਆਵਾਜ਼ ਮਾਰਦੇ ਨੇ, ਬੇਟਾ ਗੱਲ ਸੁਣ, ਉਹੋ ਹੀ ਫੁਲਕਾ ਲੈ ਕੇ ਆਵੀ ਜਿਹੜਾ ਫੁਲਕਾ ਮੇਰਾ ਨਾਂ ਲੈ ਕੇ ਤਵੇ ਤੇ ਪਾਇਆ ਸੀ। ਮਨ ਹੋਰ ਪਿਆਰ ਨਾਲ ਭਰ ਗਿਆ ਕਿ ਮੇਰਾ ਬਾਬਾ ਨਾਨਕ ਦਿਲਾਂ ਦੀਆਂ ਜਾਣਦੇ, ਜਿਹੜਾ ਫੁਲਕਾ ਬਾਬੇ ਦਾ ਨਾਂ ਲੈ ਕੇ ਮੈਂ ਪਕਾਇਆ ਉਹੋ ਹੀ ਬਾਬੇ ਨੇ ਮੰਗਿਆ, ਖੁਸ਼ੀ ਹੋਰ ਵੱਧ ਗਈ। ਭਾਈ ਮਰਦਾਨੇ ਦੀ ਘਰ ਵਾਲੀ ਦੌੜੀ ਆਈ, ਥਾਲ ਵਿੱਚ ਪ੍ਰਸ਼ਾਦਾ ਰੱਖ ਕੇ ਲਿਆਈ, ਫੁਲਕੇ ਨਾਲੋਂ ਇੱਕ ਬੁਰਕੀ ਤੋੜ ਕੇ ਸਤਿਗੁਰੂ ਨਾਨਕ ਨੇ ਆਪਣੇ ਪਵਿੱਤਰ ਮੁੱਖ ਵਿੱਚ ਪਾਈ ਤੇ ਭਾਈ ਮਰਦਾਨੇ ਦੀ ਘਰ ਵਾਲੀ ਜ਼ਾਰੋ ਜ਼ਾਰ ਰੋਈ। ਇਉਂ ਰੋਈ ਜਿਵੇਂ ਬੱਚੇ ਰੋਂਦੇ ਹਨ। ਸਾਹਿਬ ਕਹਿਣ ਲੱਗੇ, ਬੇਟਾ ਹੁਣ ਕਿਉਂ ਰੋਣਾ ਆਇਆ, ਹੁਣ ਤੇ ਮੈਂ ਆ ਗਿਆ। ਤੇ ਭਾਈ ਮਰਦਾਨੇ ਦੀ ਘਰ ਵਾਲੀ ਕਹਿੰਦੀ ਹੈ, ਬਾਬਾ ਨਾਨਕ ਮੈਨੂੰ ਯਕੀਨ ਨਹੀਂ ਆਉਂਦਾ, ਤੁਸੀਂ ਅਰਸ਼ਾਂ ਦੇ ਮਾਲਕ, ਮੈਂ ਗਰੀਬ, ਸਾਡੇ ਹੱਥ ਦਾ ਕੋਈ ਪਾਣੀ ਪੀ ਕੇ ਰਾਜ਼ੀ ਨਹੀਂ, ਇਹਨਾਂ ਹੱਥਾਂ ਦਾ ਬਣਿਆ ਆਪ ਜੀ ਨੂੰ ਪ੍ਰਸ਼ਾਦਾ ਛਕਦਿਆਂ ਦੇਖਿਆ, ਇਹ ਖੁਸ਼ੀ ਝੱਲੀ ਨਹੀਂ ਜਾਂਦੀ। ਸਤਿਗੁਰ ਉੱਠੇ ਹਨ, ਸਿਰ ਤੇ ਪਿਆਰ ਦਿੰਦੇ ਨੇ, ਕਹਿੰਦੇ ਨੇ, ਬੇਟਾ ਤੂੰ ਕਿਵੇਂ ਸੋਚ ਲਿਆ ਕਿ ਮੈਂ ਆਵਾਂਗਾ ਨਹੀਂ? ਬੇਟਾ ਮੈਂ ਤੇ ਉਡੀਕਦਾ, ਕਦ ਮੈਨੂੰ ਕੋਈ ਪਿਆਰ ਨਾਲ ਬੁਲਾਵੇ ਮੈਂ ਆਪ ਚੱਲ ਕੇ ਜਾਵਾਂ। ਆਖੋ ਸਤਨਾਮ ਸ੍ਰੀ। ਇੱਕ ਬੇਨਤੀ ਕਰ ਦਈਏ ਸਤ ਸੰਗਤ, ਜਦੋਂ ਕਦੀ ਤੁਹਾਡਾ ਹੌਂਸਲਾ, ਤੁਹਾਡੀ ਹਿੰਮਤ ਜਵਾਬ ਦੇਣ ਲੱਗ ਜਾਏ, ਮਨ ਟੁੱਟਣ ਲੱਗ ਪਵੇ, ਅੱਖਾਂ ਵਿੱਚ ਅਥਰੂ ਭਰੇ ਹੋਣ, ਆਪਣੇ ਪਰਾਏ ਸਭ ਦੂਰ ਹੋ ਜਾਣ, ਜਦੋਂ ਮਨ ਨੂੰ ਲੱਗੇ ਕਿ ਕੋਈ ਹੋਰ ਸਹਾਰਾ ਨਹੀਂ, ਤਾਂ ਉਸ ਵੇਲੇ ਦੁਨੀਆ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਨਾ ਕਰਨਾ, ਦੁਨੀਆ ਦੇ ਮਾਲਕ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਕਰਨਾ। ਸਾਰੇ ਦਰਵਾਜ਼ੇ ਬੰਦ ਹੋ ਸਕਦੇ ਨੇ, ਲੇਕਿਨ ਪਰਮਾਤਮਾ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੁੰਦਾ। ਸਭ ਸਾਥ ਦੇਣਾ ਛੱਡ ਸਕਦੇ ਨੇ, ਲੇਕਿਨ ਪਰਮਾਤਮਾ ਕਦੀ ਤੁਹਾਡਾ ਸਾਥ ਨਹੀਂ ਛੱਡੇਗਾ। ਕਿਸੇ ਹੋਰ ਨੂੰ ਤੁਹਾਡੇ 'ਤੇ ਤਰਸ ਆਵੇ ਨਾ ਆਵੇ, ਗੁਰੂ ਨੂੰ ਤਰਸ ਜ਼ਰੂਰ ਆਵੇਗਾ। ਕੋਈ ਤੁਹਾਡੀ ਦੇਖਭਾਲ ਕਰੇ ਭਾਵੇਂ ਨਾ ਕਰੇ, ਉਹ ਮਾਲਕ ਜ਼ਰੂਰ ਕਰੇਗਾ, ਉਹਦਾ ਸਹਾਰਾ ਸਭ ਤੋਂ ਵੱਡਾ ਹੈ। ਸਤ ਸੰਗਤ ਦੇਣ ਵੇਲੇ ਮਾਲਕ ਦੇ ਹੱਥ ਨਹੀਂ ਦਿਖਾਈ ਦਿੰਦੇ, ਪਰ ਉਹਦਾ ਦਿੱਤਾ ਹੋਇਆ ਝੋਲੀ ਵਿੱਚ ਜ਼ਰੂਰ ਨਜ਼ਰ ਆਉਂਦਾ ਹੈ। ਇਸ ਵਾਸਤੇ ਅਗਰ ਅਰਦਾਸ ਕਰਨੀ ਹੈ ਤਾਂ ਗੁਰੂ ਅੱਗੇ ਕਰੋ, ਜਿਹੜਾ ਸਭ ਦੀਆਂ ਅਰਦਾਸਾਂ ਸੁਣਦਾ ਹੈ। ਜੋ ਬਾਤ ਦਵਾ ਨਾ ਕਰ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ।